ਕਿੱਦਾਂ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਹੋਂ ਸਾਰਿਆਂ ਨੇ ਅੱਛਾ ਕਹਿੰਦੇ ਪਏ ਆ ਕਿ ਰូមਾਨੀਆ ਸ਼ੇਨਗਨ ਚ ਆ ਰਿਹਾ ਆ ਤੇ ਮੈਂ ਕਹਾ ਚਲੋ ਫਿਰ ਰូមਾਨੀਆ ਤੇ ਵੀਡੀਓ ਬਣਾਈ ਜਾਵੇ ਤੇ ਰូមਾਨੀਆ ਦੇ ਕਰੋਸ਼ੀਆ ਨੂੰ ਮਸ਼ਹੂਰ ਕਰੀਏ ਆਪਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਰូមਾਨੀਆ ਦਾ ਟੂਰਿਸਟ ਵੀਜ਼ਾ ਕਿੱਦਾਂ ਅਪਲਾਈ ਕਰ ਸਕਦੇ ਹੈਗੇ ਆ ਤੇ ਈ ਵੀਜ਼ਾ ਤੁਹਾਨੂੰ ਘਰੇ ਬੈਠੇ ਬਿਠਾ ਕੇ ਨੂੰ ਮਿਲੂਗਾ ਕਿਤੇ ਜਾਂਦੀ ਲੋੜ ਨਹੀਂ ਹੈਗੀ ਮੈਸੇਜ ਬੁਸੀ ਵਿੱਚ ਆਨਲਾਈਨ ਫੀਸਾ ਲੱਗਣੀ ਆ ਆਨਲਾਈਨ ਸਭ ਕੁਝ ਹੋਊਗਾ ਜੀ ਘਰੇ ਬੈਠੇ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਹੈਗੇ ਆ ਰੂਮਾਨੀਆ ਦਾ ਸ਼ੈਨਗਨ ਦਾ ਟੂਰਿਸਟ ਵੀਜ਼ਾ ਹਈਆ ਪਾ ਸ਼ੈਨਗਨ ਨਹੀਂ ਕਹਿੰਦੇ ਕਿ ਉਹ ਰੂਮਾਨੀਆ ਸ਼ੈਨਗਨ ਚ ਨਹੀਂ ਆਈ ਹੈਗੀ ਤੇ ਆਹ ਵੈਬਸਾਈਟ ਹੈਗੀ ਆ evisa.meu.ro ਸਹੀ ਹੋ ਗਿਆ ਜੀ ਤੇ ਜੋ ਤੁਸੀਂ ਇੱਥੇ ਸਟੱਡੀ ਕਰੂਗੇ ਪੂਰੀ ਟਾਈਮ ਕੱਢ ਕੇ ਤਾਂ ਇਦਾਂ ਪੇਜ ਖੁੱਲ ਜਾਗਾ ਅਪਲਾਈਆ ਵੀਜ਼ਾ ਅਪਲਾਈਆ ਵੀਜ਼ਾ ਰូមਾਨੀਆ ਦਾ ਹਈ ਆਪਾ ਸ਼ਨਗਨ ਨਹੀਂ ਕਹਿੰਦੇ ਹੈ ਲਾਨੀ ਹੋਇਆ ਲਾਨ ਹੋ ਗਿਆ ਹੈ ਬਾਕੀ ਦੇਖੋ ਇੱਕ ਜਨਵਰੀ 2023 ਦੇ ਵਿੱਚ ਕੀ ਹੁੰਦਾ ਹੈਗਾ ਜੇਕਰ ਸ਼ਨਗਨ ਚ ਆਗੇ ਤਾਂ ਤੁਸੀਂ ਇੱਥੇ ਵੀਜ਼ਾ ਅਪਲਾਈ ਕਰਕੇ ਸ਼ਨਗਨ ਦਾ ਤੁਹਾਨੂੰ ਰូមਾਨੀਆ ਦਾ ਈ ਵੀਜ਼ਾ ਮਿਲ ਜਾਣਾ ਹੈਗਾ ਤੇ ਤੁਸੀਂ ਰូមਾਨੀਆ ਜਾ ਕੇ ਅੱਗੇ ਪੁਰਤਗਾਲੀ ਸਪੇਨ ਫਰਾਂਸ ਇਟਲੀ ਜਿਹੜੀ ਵੀ ਕੰਟਰੀ ਜਾਣਾ ਚਾਹੁੰਦੇ ਆ ਜਾ ਸਕਦੇ ਆ ਬਾਈ ਜੀ ਸ਼ਨਗਨ ਦਾ ਦਰਸ਼ ਵੀਜ਼ਾ ਲੈ ਕੇ ਰូមਾਨੀਆ ਦਾ ਇਨ ਫਿਊਚਰ ਦੇ ਵਿੱਚ ਤੇ ਇਹ ਸਾਰੀਆਂ ਰਿਕੁਆਇਰਮੈਂਟਸ ਲਿਖੀਆਂ ਹੋਈਆਂ ਨੇ ਉਹਨਾਂ ਨੇ ਈਮੇਲ ਚਾਹੀਦੀ ਹੈ ਬਾਕੀ ਸਾਰੀ ਚੀਜ਼ਾਂ ਚਾਹੀਦੀ ਹੈ ਹੈਗੀਆ ਤੁਸੀਂ ਬੈ ਕੇ ਪੜ ਕੇ ਦੇਖਿਓ ਤੁਹਾਨੂੰ ਸਮਝ ਲੱਗੂਗੀ ਸਾਰੀ 3 ਮਿੰਟ ਦੀ ਵੀਡੀਓ ਆ ਤੇ ਆਪਾਂ ਸਾਰੀ ਇਨਫੋਰਮੇਸ਼ਨ ਇੱਥੇ ਨਹੀਂ ਦੇ ਸਕਦੇ ਹੈਗੇ ਬਾਕੀ YouTube ਦਾ ਚੈਨਲ ਬਣਾਉਂਦੇ ਆ ਆਪਾਂ ਦੱਸਾਂਗੇ ਕਿ ਕੀ ਚੈਨਲ ਆਪਣਾ ਹੈਗਾ YouTube ਦਾ ਤੇ ਆ ਮੈਂ ਪੰਗੇ ਲੈਂਦਾ ਪਿਆ ਸੀਗਾ ਤੇ ਤੇ ਬਰੇਇਟੀ ਦਾ ਕਿਹੜੇ ਪਹੁੰਚਿਆ ਕੰਮ ਤੇ ਬਹੁਤ ਜਲਦ ਪੂਰੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਸਾਰਿਆਂ ਲਈ ਕੀ ਕੀ ਡਾਕੂਮੈਂਟਸ ਹੁੰਦੇ ਕੀ ਕੀ ਰਿਕੁਆਇਰਮੈਂਟਸ ਹੁੰਦੀ ਹੈਗੇ ਸਾਰਾ ਕੁਝ ਨਾ ਹਾਂਜੀ ਹਾਂਜੀ ਤੇ ਕਿੱਦਾਂ ਵੀਜ਼ਾ ਅਪਲਾਈ ਹੁੰਦਾ ਹੈਗਾ ਆ ਤੇ ਜਦੋਂ ਅਪਲਾਈ ਹੋ ਜਾਂਦਾ ਹੈਗਾ ਉਹ ਜਿਹੜਾ ਮੈਂ ਪੇਜ ਖੋਲਿਆ ਸੀ ਉਹ ਅਪਲਾਈ ਦਾ ਖੋਲਿਆ ਸੀਗਾ ਕਿਉਂਕਿ ਕੰਟੀਨਿਊਸਲੀ ਤੁਹਾਨੂੰ ਇੱਕ ਆਈਡੀ ਦੇ ਦੇਣੀ ਹੈਗੀ ਉਹਨਾਂ ਨੇ ਤੇ ਉਹੀ ਆਈਡੀ ਦਾ ਤੁਸੀਂ ਸਟੇਟਸ ਚੈੱਕ ਕਰਨਾ ਆਨਲਾਈਨ ਕਿੱਦਾਂ ਸਟੇਟਸ ਚੈੱਕ ਕਰ ਸਕਦੇ ਹੈਗੇ ਆ ਸਾਰਾ ਕੁਝ ਭਰ ਕੇ ਤੁਹਾਡਾ ਫਾਈਲ ਅਸੈਸੀਵਰ ਵੀਜ਼ਾ ਐਪਲੀਕੇਸ਼ਨ ਚੈੱਕ ਹੋਏ ਨਾ ਹੈਗਾ ਤੇ ਉਸ ਤੋਂ ਬਾਅਦ ਜੇ ਤੁਹਾਡੇ ਦੋਨੇ ਰਿਕੁਆਇਰਮੈਂਟਸ ਪੂਰੀਆਂ ਹੋ ਗਈਆਂ ਫਿਰ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਵੀਜ਼ੇ ਦਾ ਸਟੇਟਸ ਕੀ ਹੈਗਾ ਤੀ ਤੋ 35 ਦਿਨਾਂ ਚ ਤੁਹਾਡਾ ਸਭ ਕੁਝ ਕਨਫਰਮ ਹੋ ਕੇ ਤੁਹਾਡੀ ਮੇਲ ਦੇ ਵਿੱਚ ਰੋਮਨੀਆ ਦਾ ਵੀਜ਼ਾ ਪੇਪਰ ਵੀਜ਼ਾ ਤੁਹਾਨੂੰ ਲੱਗ ਕੇ ਆ ਜਾਊਗਾ ਜਿਹਨੂੰ ਆਪਾਂ ਈ ਵੀਜ਼ਾ ਵੀ ਕਹਿੰਦੇ ਹੈਗੇ ਸਹੀ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਤੇ ਸਾਰੇ ਰੱਖੋ ਆਪਣਾ ਧਿਆਨ ਸਾਇਨ ਫੋਲੋ ਕਰ ਲੋ ਆਪਣੀ ਆਈਡੀ